ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਲੁਧਿਆਣਾ ਤੋਂ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਗੁਰਦਾਸਪੁਰ ਵਿਖੇ ਮੋਦੀ ਦੀ ਹੋਈ ਰੈਲੀ ਤੇ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਪੰਜਾਬ ਚੋਣ ਤੇ ਉਹ ਉਹਨਾਂ ਦਾ ਸਵਾਗਤ ਕਰਦੇ ਹਨ, ਪਰ ਉਹਨਾਂ ਮੰਗ ਕੀਤੀ ਕਿ ਪੰਜਾਬ ਦੇ ਪਾਣੀਆਂ ਦਾ ਮੁੱਲ ਦਿੱਤਾ ਜਾਵੇ। ਉਹਨਾਂ ਕਿਹਾ ਕਿ ਉਹ ਕਿਸਾਨਾਂ ਦੇ ਕਰਜ਼ੇ ਦੀ ਭੀਖ ਨਹੀਂ ਮੰਗਣੀ ਚਾਹੁੰਦੇ। ਉਹਨਾਂ ਕਿਹਾ ਕਿ ਜੇਕਰ ਪੰਜਾਬ ਨੂੰ ਰਾਜਸਥਾਨ ਤੋਂ 16 ਲੱਖ ਕਰੋੜ ਰੁਪਏ ਅਤੇ ਬਾਕੀ ਦੇ ਰਾਜਾਂ ਤੋਂ ਵੀ ਵਸੂਲੀ ਕਰਵਾਈ ਜਾਵੇ ਤਾਂ ਪੰਜਾਬ ਇੱਕ ਦਿਨ 'ਚ ਹੀ ਆਬਾਦ ਹੋ ਜਾਵੇਗਾ। ਬੈਂਸ ਨੇ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੀ ਹੋਈ ਮੀਟਿੰਗ ਤੇ ਬੋਲਦਿਆਂ ਕਿਹਾ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਵੈਂਟੀਲੇਟਰ ਤੇ ਹੈ ਅਤੇ ਪੰਜਾਬ ਦੇ ਲੋਕ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਨਕਾਰ ਚੁੱਕੇ ਹਨ। ਬੈਂਸ ਨੇ ਬਾਦਲਾਂ ਦੀਆਂ ਇੰਡੋ ਕੈਨੇਡੀਅਨ ਬੱਸਾਂ ਤੇ ਦਿੱਲੀ ਤੱਕ ਚੱਲਣ ਤੇ ਵੀ ਸਵਾਲ ਖੜੇ ਕੀਤੇ ਨੇ। ਬੈਂਸ ਨੇ ਕਾਂਗਰਸ ਸਰਕਾਰ ਤੇ ਬੋਲਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਵੱਡੇ ਵਾਅਦੇ ਕੀਤੇ ਸਨ, ਪਰ ਕਿਸੇ ਵੀ ਵਾਅਦੇ ਤੇ ਸਰਕਾਰ ਖੜੀ ਨਹੀਂ ਉਤਰੀ। ਸਤਿਕਾਰਯੋਗ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਜੀ ਆਇਆਂ ਨੂੰ, ਪਰ ਮੋਦੀ ਸਾਹਿਬ ਨੂੰ ਅਸੀਂ ਇੱਕ ਲੋਕ ਇਨਸਾਫ ਪਾਰਟੀ ਵੱਲੋਂ ਇਹ ਪੰਜਾਬੀਆਂ ਵੱਲੋਂ ਅਪੀਲ ਕਰਾਂਗੇ, ਮੰਗ ਕਰਾਂਗੇ। ਕਦੇ ਅਸੀਂ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਹਾਂ ਝੂਠੀ ਸਹੁੰ ਚੁੱਕ ਲਈ, ਕਰਜ਼ਾ ਮਾਫ਼ੀ, ਪੰਜਾਬ ਦਾ ਕਿਸਾਨ ਕਰਜ਼ਾ ਮੁਕਤ ਚਾਹੇ ਉਹ ਨੈਸ਼ਨਲ ਬੈਂਕਾਂ ਦਾ, ਉਹ ਕੋਆਪਰੇਟਿਵ ਬੈਂਕਾਂ ਦਾ, ਉਹ ਆੜ੍ਹਤੀਆਂ ਦਾ, ਅਤੇ ਉਹ ਝੂਠੀ ਸਹੁੰ ਜਿਹੜੀ ਆ ਚੰਦ ਦਿਨਾਂ ਦੇ ਵਿੱਚ ਗਿਰਗਿਟ ਵਾਂਗੂ ਰੰਗ ਬਦਲਦੇ ਹੋਏ ਆਪਣੀ ਅਸਲ ਗੱਲ ਦੇ ਉੱਤੇ ਆ ਜਾਂਦੇ। ਅੱਜ ਪੰਜਾਬ ਦੇ ਕਾਂਗਰਸੀ, ਇੱਥੋਂ ਤੱਕ ਕਿ ਤ੍ਰਿਪਤ ਰਜਿੰਦਰ ਬਾਜਵਾ ਵਰਗੇ ਸੀਨੀਅਰ ਵਜ਼ੀਰ ਕਹਿ ਰਹੇ ਵੀ ਇਹ ਸਾਡੇ ਵੱਸ ਦਾ ਕੰਮ ਨਹੀਂ ਜਿਹੜੀ ਕਰਜ਼ਾ ਮਾਫ਼ੀ ਕਰਨੀ ਹੈ। ਦੂਜੇ ਪਾਸੇ ਮੋਦੀ ਸਾਹਿਬ ਜਿਹੜੇ ਜੁਮਲੇਬਾਜ਼ੀ ਕਰਨ ਦੇ ਵਿੱਚ ਪੂਰੇ ਮੰਨੇ ਪਰਮੰਨੇ ਆ, ਉਹ ਆਉਂਦੇ ਆ ਅਤੇ ਉਹ ਕਾਂਗਰਸ ਦੇ ਉੱਤੇ ਤੰਜ ਕੱਸਦੇ ਆ, ਕਰਜ਼ਾ ਮਾਫ਼ੀ ਨਹੀਂ ਕਰਦੇ, ਕਾਂਗਰਸ ਦੇ ਉੱਤੇ ਤੰਜ ਕੱਸਦੇ ਆ। ਨਾ ਸਾਨੂੰ ਕਰਜ਼ੇ ਮਾਫ਼ੀ ਦੀ ਭੀਖ ਮੋਦੀ ਸਾਹਿਬ ਕੋਲੋਂ ਚਾਹੀਦੀ ਆ, ਅਤੇ ਨਾ ਸਾਨੂੰ ਕਰਜ਼ਾ ਮਾਫ਼ੀ ਦੀ ਭੀਖ ਕੈਪਟਨ ਅਮਰਿੰਦਰ ਸਿੰਘ ਕਾਂਗਰਸੀਆਂ ਦੇ ਕੋਲੋਂ ਚਾਹੀਦੀ ਹੈ। ਸਾਨੂੰ ਸਾਡਾ ਹੱਕ ਚਾਹੀਦਾ, ਉਹ ਹੱਕ ਜਿਹੜਾ 16 ਨਵੰਬਰ 2016 ਨੂੰ ਪੰਜਾਬ ਵਿਧਾਨ ਸਭਾ ਦੇ ਅੰਦਰ ਪਾਸ ਹੋ ਕੇ ਕਾਨੂੰਨ ਬਣ ਚੁੱਕਿਆ ਕਿ ਅਸੀਂ ਰਾਜਸਥਾਨ ਤੋਂ ਪਾਣੀ ਦੀ ਕੀਮਤ ਲੈਣੀ ਆ 16 ਲੱਖ ਕਰੋੜ ਰੁਪਈਆ, ਇਕੱਲੇ ਰਾਜਸਥਾਨ ਤੋਂ, ਹਰਿਆਣਾ ਅਤੇ ਦਿੱਲੀ ਵੱਖਰੇ ਆ। ਜੇ 16 ਲੱਖ ਕਰੋੜ ਰੁਪਈਆ ਸਾਡੀ ਡਿਮਾਂਡ ਹੈਗੀ ਮੋਦੀ ਸਾਹਿਬ ਕੋਲੋਂ, ਗੈਰ ਕਾਨੂੰਨ ਤੌਰ 'ਤੇ ਸਾਡਾ ਪਾਣੀ ਪੰਜਾਬ ਦਾ ਖੋ ਕੇ ਰਾਜਸਥਾਨ, ਹਰਿਆਣਾ ਅਤੇ ਦਿੱਲੀ ਨੂੰ, ਕਮ ਸੇ ਕਮ ਜਿਹੜਾ ਕਾਨੂੰਨ ਪੰਜਾਬ ਵਿਧਾਨ ਸਭਾ ਦੇ ਵਿੱਚ 16 ਨਵੰਬਰ 2016 ਨੂੰ ਪਾਸ ਹੋ ਚੁੱਕਿਆ ਉਹਦੀ ਕੀਮਤ ਦਿਓ ਸਾਨੂੰ। ਅਸੀਂ ਤੁਹਾਡੇ ਕੋਲੋਂ ਕਰਜ਼ਾ ਮਾਫ਼ੀ ਦੀ ਭੀਖ ਨਹੀਂ ਮੰਗਣੀ, ਸਾਨੂੰ ਪਾਣੀ ਦੀ ਕੀਮਤ 16 ਲੱਖ ਕਰੋੜ ਰੁਪਈਆ ਚਾਹੀਦੀ ਆ। 1 ਲੱਖ ਕਰੋੜ ਰੁਪਈਏ ਦਾ ਪੰਜਾਬ ਦਾ ਕਿਸਾਨ ਕਰਜ਼ਾ ਹੀ ਆ, ਅਤੇ ਤਕਰੀਬਨ 2.5 ਲੱਖ ਤੋਂ 3 ਲੱਖ ਕਰੋੜ ਰੁਪਈਆ ਜਿਹੜਾ ਉਹ ਸਰਕਾਰ ਦੇ ਉੱਤੇ ਕਰਜ਼ੇ ਦੀ ਬੋਝ ਪੰਡ ਹੈਗੀ ਆ। ਉਹ ਸਿਰਫ ਤੇ ਸਿਰਫ ਇਹ ਬਰਸਾਤੀ ਡੱਡੂ ਆ, ਬਰਸਾਤਾਂ ਦੇ ਦਿਨਾਂ ਦੇ ਵਿੱਚ ਬਰਸਾਤੀ ਡੱਡੂ ਟਰੈਂ ਟਰੈਂ ਕਰਦੇ ਆ। ਬਿਨਾਂ ਬਰਸਾਤਾਂ ਤੋਂ ਕਦੇ ਕਿਸੇ ਨੇ ਡੱਡੂਆਂ ਦੀ ਆਵਾਜ਼ ਸੁਣੀ ਹੋਵੇ ਮੈਨੂੰ ਦੱਸ ਦਿਓ। ਜਦੋਂ ਵੋਟਾਂ ਆ ਗਈਆਂ ਨਾ, ਅਤੇ ਵੋਟਾਂ ਆਉਂਦੇ ਸਾਰ ਚਾਹੇ ਉਹ ਪ੍ਰਧਾਨ ਮੰਤਰੀ ਜੀ ਆ, ਚਾਹੇ ਉਹ ਕੇਂਦਰ ਦੇ ਮੰਤਰੀ ਸਾਹਿਬਾਨ ਨੇ, ਚਾਹੇ ਉਹ ਸੂਬੇ ਦੀ ਹਕੂਮਤੀ ਪਾਰਟੀ ਹੈਗੀ ਮੁੱਖ ਮੰਤਰੀ ਜਾਂ ਮੰਤਰੀ ਮੰਡਲ, ਅਤੇ ਇਹ ਫਿਰ ਆਪਣੇ ਰਾਗ ਲਾਪਣੇ, ਝੂਠ ਵਾਲੇ ਰਾਗ ਲਾਪਣੇ ਸ਼ੁਰੂ ਕਰ ਦਿੰਦੇ ਆ। ਮੈਂ ਫਿਰ ਕਹੂੰਗਾ ਕਿ ਮੋਦੀ ਸਾਹਿਬ ਪੰਜਾਬ ਦੇ ਵਿੱਚ ਆਏ ਆ, ਸਾਨੂੰ ਕਰਜ਼ੇ ਦੀ ਭੀਖ ਨਹੀਂ ਚਾਹੀਦੀ, ਨਾ ਸਾਨੂੰ ਕਿਸਾਨ ਦੇ ਕਰਜ਼ੇ ਦੀ ਭੀਖ ਦੀ ਜ਼ਰੂਰਤ, ਅਤੇ ਨਾ ਸਾਨੂੰ ਪੰਜਾਬ ਦੇ ਸਿਰ 'ਤੇ ਚੜ੍ਹੇ ਕਰਜ਼ੇ ਦੀ ਭੀਖ ਦੀ ਜ਼ਰੂਰਤ ਆ। ਸਾਨੂੰ ਸਾਡਾ ਪੰਜਾਬੀਆਂ ਨੂੰ ਰਾਈਟ ਚਾਹੀਦਾ, ਸਾਡਾ ਰਾਈਟ ਹੈਗਾ, ਸਾਡਾ ਕਾਨੂੰਨ ਅਧਿਕਾਰ ਹੈਗਾ ਕਿ ਸਾਨੂੰ ਜਾਂਦੇ ਮੁਫ਼ਤ ਦੇ ਵਿੱਚ ਪਾਣੀ ਦੀ ਕੀਮਤ ਜਿਹੜੀ 16 ਨਵੰਬਰ 2016 ਤੱਕ 16 ਲੱਖ ਕਰੋੜ ਰੁਪਈਆ ਬਣਦੀ ਆ, ਉਹ ਕੇਂਦਰ ਅਦਾ ਕਰੇ। ਅਸੀਂ 1 ਲੱਖ ਕਰੋੜ ਨੂੰ ਕੀ ਸਮਝਦੇ ਹਾਂ, ਅਸੀਂ 2.5 ਲੱਖ ਕਰੋੜ ਨੂੰ ਕੀ ਸਮਝਦੇ ਹਾਂ। ਇਸ ਦਾ ਪੰਜਾਬ ਦੇ ਲੋਕ, ਪੰਜਾਬ ਦਾ ਖਜ਼ਾਨਾ ਦੁਬਈ ਤੋਂ ਵੱਡਾ ਮਜ਼ਬੂਤ ਹੋ ਸਕਦਾ। ਕਿਉਂ ਵੋਟ ਪਾਉਣ? ਮੋਦੀ ਸਾਹਿਬ ਨੇ 2 ਕਰੋੜ ਨੌਕਰੀਆਂ ਦੇਣੀਆਂ ਸੀ, ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਹਰ ਘਰ ਦੇ ਵਿੱਚ ਇੱਕ ਪੁੱਤ ਨੂੰ ਨੌਕਰੀ, ਜਿੱਥੇ ਪੁੱਤ ਨਹੀਂ ਉਸੇ ਧੀ ਨੂੰ ਨੌਕਰੀ ਦੇਣੀ ਸੀ। ਮੋਦੀ ਸਾਹਿਬ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ, ਸਿਫਾਰਿਸ਼ਾਂ ਲਾਗੂ ਕਰਨੀਆਂ ਸੀ। ਕਿਹੜਾ ਕੰਮ ਜਿਹੜਾ ਮੋਦੀ ਸਾਹਿਬ ਨੇ ਕੀਤਾ, ਇਹ ਜ਼ਰੂਰ ਆ ਕਿ ਜੁਮਲੇ ਸੁਣਾ ਸੁਣਾ ਕੇ ਮਨ ਕੀ ਬਾਤ, ਅਤੇ ਦੇਸ਼ ਦੇ ਲੋਕਾਂ ਦੇ ਮਨ ਦੀ ਬਾਤ ਤਾਂ ਸੁਣੀ ਨਹੀਂ ਮੋਦੀ ਸਾਹਿਬ ਨੇ। ਸੋ ਕਿਹੜੇ ਮੂੰਹ ਨਾਲ ਆ ਰਹੇ ਆ? ਮੈਂ ਫਿਰ ਕਹੂੰਗਾ ਕਿ ਜੀ ਆਇਆਂ ਨੂੰ, ਉਹ ਪੰਜਾਬ ਦੇ ਵਿੱਚ ਆ ਰਹੇ, ਪਰ ਸਾਡੇ ਪਾਣੀ ਦੀ ਕੀਮਤ ਜਿਹੜੀ 16 ਲੱਖ ਕਰੋੜ ਰੁਪਈਆ ਬਣਦੀ ਆ, ਉਹ ਕੀਮਤ ਪੰਜਾਬ ਨੂੰ ਅੱਜ ਜ਼ਰੂਰਤ ਹੈਗੀ ਆ ਸਾਨੂੰ 16 ਲੱਖ ਕਰੋੜ ਰੁਪਈਏ ਦੀ, ਮੁਫ਼ਤ ਦੇ ਵਿੱਚ ਲਿਜਾਏ ਜਾ ਰਹੇ ਪਾਣੀ ਦੀ ਕੀਮਤ ਮੰਗਣਾ ਪੰਜਾਬੀਆਂ ਦਾ ਕਾਨੂੰਨ ਅਤੇ ਸੰਵਿਧਾਨਕ ਰਾਈਟ ਆ, ਅਸੀਂ ਉਹ ਮੰਗਦੇ ਹਾਂ। ਸਾਨੂੰ ਭੀਖ ਨਹੀਂ ਚਾਹੀਦੀ ਕਰਜ਼ਾ ਮਾਫ਼ੀ ਵਾਲੀ। ਅਸਲ ਦੇ ਵਿੱਚ ਕਿਸਾਨ ਵਿਚਾਰਾ ਕਰੇ ਕੀ,
ਕਿਸਾਨ ਕਦੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਾਉਣ ਲਈ ਸੜਕਾਂ ਤੇ ਬੈਠਦਾ? ਕਿਸਾਨ ਕਦੇ ਆਪਣੇ ਵੇਚੇ ਹੋਏ ਗੰਨੇ ਦੀ 400 ਕਰੋੜ ਰੁਪਏ ਤੋਂ ਵੱਧ ਕੀਮਤ ਲੈਣ ਵਾਸਤੇ ਸੜਕਾਂ ਤੇ ਬੈਠਦਾ? ਕਦੇ CCL ਵਾਸਤੇ ਸੜਕਾਂ ਤੇ ਬੈਠਦਾ? ਤੇ ਅੱਜ ਕਿਹੜੀ ਸਰਕਾਰ ਹੈਗੀ ਆ ਵੋਟਾਂ ਬਟੋਰਨ ਵਾਸਤੇ? ਮੇਰਾ ਖਿਆਲ ਨਾ BJP ਨੇ ਕਸਰ ਛੱਡੀ ਵੋਟਾਂ ਬਟੋਰਨ ਵਾਸਤੇ, ਨਾ ਅਕਾਲੀਆਂ ਤੇ ਨਾ ਹੀ ਕਾਂਗਰਸੀਆਂ ਨੇ ਕੋਈ ਕਸਰ ਛੱਡੀ ਹੈ। ਅੱਜ ਮੇਰੀ ਕਿਸਾਨ ਜਥੇਬੰਦੀਆਂ ਤੇ ਪੰਜਾਬ ਦੇ ਸਮੂਹ ਕਿਸਾਨਾਂ ਨੂੰ ਇਹ ਅਪੀਲ ਤੇ ਬੇਨਤੀ ਹੈ, ਪਾਣੀ ਦੇ ਉੱਤੇ ਸਭ ਤੋਂ ਪਹਿਲਾ ਅਧਿਕਾਰ ਕਿਹਦਾ? ਪੰਜਾਬ ਦੇ ਵਗਦੇ ਪਾਣੀਆਂ ਦੇ ਉੱਤੇ ਸਭ ਤੋਂ ਪਹਿਲਾ ਅਧਿਕਾਰ ਪੰਜਾਬ ਦੇ ਕਿਸਾਨ ਦਾ, ਮਾਲਕੀ ਪੰਜਾਬ ਦੇ ਕਿਸਾਨ ਦੀ ਹੈ। ਅੱਜ ਕਿਸਾਨਾਂ ਨੂੰ ਭੀਖ ਨਹੀਂ ਮੰਗਣੀ ਚਾਹੀਦੀ ਕਰਜ਼ਾ ਮਾਫ਼ੀ ਦੀ, ਅੱਜ ਕਿਸਾਨਾਂ ਨੂੰ ਇਨਕਲਾਬ ਜਿੰਦਾਬਾਦ ਬੋਲਦੇ ਹੋਏ ਡਿਮਾਂਡ ਕਰਨੀ ਚਾਹੀਦੀ ਕਿ ਸਾਡੀ ਕਾਨੂੰਨ ਜਿਹੜੀ ਮੰਗ ਹੈਗੀ ਆ ਪੰਜਾਬ ਦੇ ਪਾਣੀ ਦੀ ਕੀਮਤ 16 ਲੱਖ ਕਰੋੜ ਰੁਪਈਆ ਰਾਜਸਥਾਨ ਤੋਂ ਰਿਕਵਰ ਕਰਨ ਲਈ ਕਿਸਾਨਾਂ ਨੂੰ ਸੜਕਾਂ ਦੇ ਉੱਤੇ ਆਉਣਾ ਚਾਹੀਦਾ। ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ TV ਨਿਊਜ਼ ਪੋਰਟਲ।